ਸਤਿ ਸ਼੍ਰੀ ਅਕਾਲ ਜੀ ਖਬਰਾਂ ਜੱਬ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਕੈਨੇਡਾ ਵੱਲੋਂ ਦਸੰਬਰ ਮਹੀਨੇ ਕਾਫੀ ਇਮੀਗ੍ਰੇਸ਼ਨ ਡਰਾ ਕੱਢੇ ਜਾ ਚੁੱਕੇ ਨੇ ਮਤਲਬ ਕਿ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵੱਲੋਂ ਇਮੀਗ੍ਰੇਸ਼ਨ ਡਰਾ ਕੱਢੇ ਗਏ ਨੇ ਜੇਕਰ ਗੱਲ ਕਰੀਏ ਤਾਂ ਬੀਤੀ 17 ਦਸੰਬਰ ਨੂੰ ਕਾਫੀ ਡਰਾ ਨਿਕਲੇ ਜਿਨ੍ਹਾਂ ਵਿੱਚ ਪ੍ਰਵਾਸੀਆਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਅਤੇ ਹੁਣ ਜੋ ਲੇਟੈਸਟ ਡਰਾ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਡਰਾ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵੱਲੋਂ ਕੱਢਿਆ ਗਿਆ ਹੈ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵੱਲੋਂ 22 ਦਸੰਬਰ 2020 ਨੂੰ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨਾਮਿਨੇਸ਼ਨ ਪ੍ਰੋਗਰਾਮ ਯਾਨਕੀ BC PNP ਦਾ ਡਰਾ ਕੱਢਿਆ ਗਿਆ ਹੈ ਜਿਸ ਵਿੱਚ 230 ਲੋਕਾਂ ਨੂੰ ਐਕਸਪ੍ਰੈਸ ਐਂਟਰੀ BC ਅਤੇ ਸਕਿਲਸ ਇਮੀਗ੍ਰੇਸ਼ਨ ਸਟ੍ਰੀਮ ਦੇ ਤਹਿਤ ਪਰਮਾਨੈਂਟ ਰੈਜ਼ਿਡੈਂਸੀ ਲਈ ਪ੍ਰੋਵਿੰਸ਼ੀਅਲ ਨਾਮਿਨੇਸ਼ਨ ਵਾਸਤੇ ਅਪਲਾਈ ਕਰਨ ਲਈ ਇਨਵੀਟੇਸ਼ਨ ਭੇਜੇ ਗਏ ਨੇ ਬ੍ਰਿਟਿਸ਼ ਕੋਲੰਬੀਆ ਵੱਲੋਂ ਇਹ ਇਸ ਮਹੀਨੇ ਦਾ ਚੌਥਾ ਡਰਾ ਹੈ ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵੱਲੋਂ ਇਸਮੇ ਹੀ ਨੇਤੇન્દ્ર ਡਰਾ ਕੱਡੇ ਜਾ ਚੁੱਕੇ ਹਨ ਜਿਸ ਦੇ ਅਧੀਨ ਬ੍ਰਿਟਿਸ਼ ਕੋਲੰਬੀਆ ਇਸ ਮਹੀਨੇ ਕੁੱਲ 646 ਐਪਲੀਕੈਂਟਸ ਨੂੰ ਆਈਟੀਏ ਯਾਨਕੀ ਸੱਦੇ ਪੇ ਚੁੱਕਾ ਹੈ ਜਿਸ ਵਿੱਚ ਦੋ ਟੈਕ ਪਾਇਲਟ ਡਰਾਵਿਸ਼ ਸ਼ਾਮਲ ਹਨ ਬ੍ਰਿਟਿਸ਼ ਕੋਲੰਬੀਆ ਵੱਲੋਂ ਕੱਡੇ ਗਏ ਇਸ ਡਰਾਵ ਵਿੱਚ ਕੁੱਲ 230 ਇਨਵੀਟੇਸ਼ਨ ਜਾਰੀ ਕੀਤੇ ਗਏ ਨੇ ਜਿਨ੍ਹਾਂ ਵਿੱਚ ਸਕਿਲਸ ਇਮੀਗ੍ਰੇਸ਼ਨ ਸਟ੍ਰੀਮ ਅਧੀਨ ਤਿੰਨ ਸਬ ਕੈਟਾਗਰੀਜ਼ ਦੇ ਵਿੱਚ ਕੈਂਡੀਡੇਟਸ ਨੂੰ ਇਨਵੀਟੇਸ਼ਨ ਟੂ ਅਪਲਾਈ ਜਾਰੀ ਕੀਤੇ ਗਏ ਨੇ ਜਿਸ ਵਿੱਚ ਪਹਿਲੀ ਕੈਟਾਗਰੀ ਸਕਿਲਡ ਵਰਕਰ ਹੈ ਜਿਸ ਦਾ ਮਿਨਿਮਮ ਸੀਆਰਐਸ ਸਕੋਰ 95 ਰਹਾ ਅਤੇ ਦੂਸਰੀ ਕੈਟਾਗਰੀ ਇੰਟਰਨੈਸ਼ਨਲ ਗ੍ਰੈਜੂਏਟਸ ਹੈ ਜਿਸ ਦਾ ਮਿਨੀਮਮ ਸੀਆਰਐਸ ਸਕੋਰ 95 ਰਿਹਾ ਅਤੇ ਤੀਸਰੀ ਕੈਟਾਗਰੀ ਐਂਟਰੀ ਲੈਵਲ ਹੈ ਤੇ ਸੈਮੀ ਸਕਿਲਡ ਹੈ ਜਿਸ ਦਾ ਮਿਨੀਮਮ ਸੀਆਰਐਸ ਸਕੋਰ 77 ਰਿਹਾ ਇਸ ਤੋਂ ਇਲਾਵਾ ਐਕਸਪ੍ਰੈਸ ਐਂਟਰੀ ਬੀਸੀਏ ਦੀ ਇਨਵੀ 2 ਸਬ ਕੈਟਾਗਰੀਜ਼ ਵਿੱਚ ਇਨਵੀਟੇਸ਼ਨ ਟੂ ਅਪਲਾਈ ਜਾਰੀ ਕੀਤੇ ਗਏ ਜਿਸ ਵਿੱਚ ਪਹਿਲੀ ਕੈਟਾਗਰੀ ਸਕਿਲਡ ਵਰਕਰ ਹੈ ਜਿਸ ਦਾ ਮਿਨੀਮਮ ਸੀਆਰਐਸ ਸਕੋਰ 99 ਰਿਹਾ ਅਤੇ ਦੂਸਰੀ ਕੈਟਾਗਰੀ ਇੰਟਰਨੈਸ਼ਨਲ ਗ੍ਰੈਜੂਏਟਸ ਦੀ ਹੈ ਜਿਸ ਦਾ ਮਿਨੀਮਮ ਸੀਆਰਐਸ ਸਕੋਰ 99 ਰਿਹਾ ਦੋਸਤੋ ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਵੱਲੋਂ ਕੁਝ ਐਨਓਸੀ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ ਜੋ ਸਟਰਾਵ ਵਿੱਚ ਸ਼ਾਮਲ ਨਹੀਂ ਹਨ ਉਹ ਐਨਓਸੀ ਨੰਬਰ ਤੁਹਾਨੂੰ نیچے ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਤੁਸੀਂ ਜਾ ਕੇ ਉਹਨਾਂ ਨੂੰ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬਿਊਰੋ ਰਿਪੋਰਟ ਖਬਰ ਪੰਜਾਬੀ